ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਜੇ ਪੰਜਾਬ ਵਿੱਚ ਇੱਥੇ ਮੱਚੀ ਤਬਾਹੀ ਆਈ ਤਾਜ਼ਾ ਵੱਡੀ ਮਾੜੀ ਖਬਰ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਆਏ ਦਿਨ ਅਜੇ ਹੀ ਹਾਸੇ ਵਾਪਰਦੇ ਰਹਿੰਦੇ ਹਨ ਜਿਨ੍ਹਾਂ ਦਾ ਨੁਕਸਾਨ ਲੋਕਾਂ ਨੂੰ ਚੜ੍ਹਨਾ ਪੈਂਦਾ ਤੇ ਹੁਣ ਫਿਰ ਇੱਕ ਅਜਹੀ ਹੀ ਖਬਰ ਸਾਹਮਣੇ ਆ ਰਹੀ ਹੈ ਜਿਹਦੇ ਆਉਣ ਨਾਲ ਚਾਰੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਸਰਕਾਰ ਨੂੰ ਕੋਸਨਾ ਵੀ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਦਰਸਾ ਲਾ ਇਹ ਜੋ ਘਟਨਾ ਵਾਪਰੀ ਹੈ ਦੇ ਵਾਪਰਨ ਦੇ ਨਾਲ ਵਿਹਿਤ ਵੱਡਾ ਨੁਕਸਾਨ ਹੋਇਆ ਤੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਅਜਿਹੇ ਨੁਕਸਾਨ ਉਹ ਚੱਲ ਚੁੱਕੇ ਹਨ ਤੇ ਸਾਰੀ ਖਬਰ ਮਾਨਸਾ ਤੋਂ ਸਾਹਮਣੇ ਜਿੱਥੇ ਸਬ ਡਿਵੀਜ਼ਨ ਸਰਦੂਲਗੜ ਦੇ ਪਿੰਡ ਆਲੂਪੁਰ ਬੇਕੇ ਲੰਗਦਿਆਂ ਦੋ ਜੋੜਗ ਨਹਿਰਾਂ ਵਿੱਚ ਪਾੜ ਪੈ ਗਿਆ ਤੇ ਲੋਕਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਤੇ ਕਿਸਾਨਾਂ ਨੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਹਨ ਗੈਲੀ ਦੇ ਕਾਰਨ ਸਾਰੀ ਘਟਨਾ ਵਾਪਰੀ ਅਤੇ ਨਹਿਰਾਂ ਸਾਲ ਵਿੱਚ 5 ਤੋਂ 6 ਵਾਰ ਟੁੱਟੀਆਂ ਹਨ ਤੇ ਅਜਿਹੀ ਜਾਣਕਾਰੀ ਕਿਸਾਨਾਂ ਵੱਲੋਂ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਹਰ ਵਾਰ ਨੁਕਸਾਨ ਹੁੰਦਾ ਹੈ ਜਿਕਰਯੋਗ ਹੈ ਕਿ ਇਹਨਾਂ ਦੋਵਾਂ ਨਹਿਰਾਂ ਵਿੱਚ ਇੱਕ ਨਹਿਰ ਹਰਿਆਣਾ ਪਾਲਾ ਨੂੰ ਜਾਂਦੀ ਹੈ ਤੇ ਦੂਜੀ ਨਹਿਰ ਪੰਜਾਬ ਵਿੱਚ ਹੀ ਰੁਕ ਜਾਂਦੀ ਆ ਤੇ ਹੁਣ ਇਨ੍ਹਾਂ ਵਿੱਚ ਪਾੜ ਪੈਣ ਦੀ وجہ ਦੇ ਨਾਲ ਪੰਜਾਬ ਦੀ ਕਈ ਏਕੜ ਫਸਲ ਖਰਾਬ ਹੋ ਚੁੱਕੀ ਹੈ ਤੇ ਦੱਸਦੀ ਹੈ ਕਿ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਇਹਦਾ ਪੋਖਤਾ ਪ੍ਰਬੰਧ ਕੀਤਾ ਜਾਵੇ ਤੇ ਪੋਖਤਾ ਪ੍ਰਬੰਧ ਕੀਤੇ ਜਾਣ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਤਾਂ ਜੋ ਇਹ ਨੁਕਸਾਨ ਉਹਨਾਂ ਨੂੰ ਬਾਰ-ਬਾਰ ਨਾ ਚੱਲਣਾ ਪਵੇ ਜਿਕਰ ਜੋ ਹੈ ਕਿ ਕਿਸਾਨਾਂ ਨੇ ਸਾਫ਼ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਦੀ ਪਰਭਾਈ ਨਹਿਰੀ ਵਿਭਾਗ ਕਰੇ ਅਤੇ ਉਧਰ ਹੀ ਨਹਿਰੀ ਵਿਭਾਗ ਦੇ ਐਸਡੀਓ ਗੰਦੀਪ ਸਿੰਘ ਦਾ ਕਹਿਣਾ ਹੈ ਕਿ ਸਾਈਫਨ ਵਿੱਚ ਗੰਦ ਫਸਣ ਦੇ ਨਾਲ ਹੀ ساری ਘਟਨਾ ਵਾਪਰੀ ਹੈ